ਆ ਇਹਨਾਂ ਦੇ ਡਰਾਮੇ ਦੇਖ ਲਵੋ ਕਿਵੇਂ ਲੋਕਾਂ ਨੇ ਰੰਗੇ ਹੱਥੀ ਕਾਬੂ ਕਰ ਲਿਆ ਤੇ ਬੇਹੋਸ਼ ਹੋਣ ਦਾ ਨਾਟਕ ਕਰੀ ਜਾਂਦਾ ਏ। ਇਹ ਦੋ ਚੋਰ ਲੋਕਾਂ ਦੇ ਵੱਲੋਂ ਫੜੇ ਗਏ, ਸਰੀਆ ਚੋਰੀ ਕਰਦੇ ਸੀ, ਲੋਕਾਂ ਨੇ ਚੰਗੀ ਤਰ੍ਹਾਂ ਕੁੱਟਮਾਰ ਕੀਤੀ, ਹੱਥ ਬੰਨ੍ਹ ਦਿੱਤੇ, ਬਾਅਦ ਦੇ ਵਿੱਚ ਪੁਲਿਸ ਨੂੰ ਸੱਦਿਆ। ਪਰ ਜਦ ਤੱਕ ਪੁਲਿਸ ਨਹੀਂ ਆਈ ਉਦੋਂ ਤੱਕ ਇਹਨਾਂ ਚੋਰਾਂ ਦੇ ਡਰਾਮੇ ਦੇਖੋ ਕਿਵੇਂ ਜ਼ਮੀਨ ਤੇ ਲੇਟ ਰਹੇ ਨੇ, ਉੱਠ ਰਹੇ ਨੇ, ਬੈਠ ਰਹੇ ਨੇ ਕਿ ਜਿਵੇਂ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਹੋਵੇ। ਚੋਰੀ ਕਰਦੇ ਸਮੇਂ ਤਾਂ ਬੜੀ ਫੁਰਤੀ ਦੇ ਨਾਲ ਭੱਜ ਰਹੇ ਸੀ, ਪਰ ਲੋਕ ਇਹਨਾਂ ਤੋਂ ਵੀ ਫੁਰਤੀਲੇ ਨਿਕਲੇ। ਲੋਕਾਂ ਨੇ ਝੁੰਡ ਬਣਾ ਕੇ ਇਹਨਾਂ ਨੂੰ ਕਾਬੂ ਕਰ ਲਿਆ ਤੇ ਚੰਗੀ ਤਰ੍ਹਾਂ ਇਹਨਾਂ ਦੀ ਕੁੱਟਮਾਰ ਕੀਤੀ। ਜਦ ਇਹਨਾਂ ਦੀ ਕੁੱਟਮਾਰ ਹੋ ਰਹੀ ਸੀ ਤਾਂ ਦੇਖੋ ਕਿਵੇਂ ਕੁੱਟਮਾਰ ਤੋਂ ਸਜ਼ਾ ਤੋਂ ਬਚਣ ਦੇ ਲਈ ਡਰਾਮੇ ਕਰਨ ਲੱਗੇ। ਹੇਠਾਂ ਲੇਟ ਗਿਆ, ਇੱਕ ਤਾਂ ਅੱਖਾਂ ਬੰਦ ਕਰ ਲਈਆਂ ਕਿ ਜਿਵੇਂ ਬੇਹੋਸ਼ ਹੋ ਗਿਆ ਹੋਵੇ, ਤੇ ਨਾਲ ਦੀ ਨਾਲ ਜਿਵੇਂ ਪੁਲਿਸ ਆਉਂਦੀ ਹੈ ਤਾਂ ਦੇਖੋ ਕਿਵੇਂ ਝੱਟ ਦਾਣੀ ਇਸ ਨੂੰ ਹੋਸ਼ ਆ ਜਾਂਦਾ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੁਰਦਾਸਪੁਰ ਦੇ ਮੇਹਰ ਚੰਦ ਰੋਡ ਦੀਆਂ, ਜਿੱਥੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ। ਸਰੀਆ ਚੋਰੀ ਕਰ ਰਹੇ ਸੀ, ਲੋਕਾਂ ਨੇ ਰੰਗੇ ਹੱਥੀ ਕਾਬੂ ਕਰ ਲਿਆ, ਜਿਸ ਤੋਂ ਬਾਅਦ ਇਹਨਾਂ ਦੀ ਕੁੱਟਮਾਰ ਕੀਤੀ ਗਈ ਅਤੇ ਬਾਅਦ ਦੇ ਵਿੱਚ ਪੁਲਿਸ ਨੂੰ ਵੀ ਸੱਦ ਲਿਆ ਗਿਆ। ਪੁਲਿਸ ਕੰਪਲੇਂਟ ਦਰਜ ਕਰਾਉਣ ਤੋਂ ਬਾਅਦ ਅੱਧੇ ਘੰਟੇ ਬਾਅਦ ਆਈ, ਉਦੋਂ ਤੱਕ ਇਹਨਾਂ ਚੋਰਾਂ ਦੇ ਡਰਾਮੇ ਇੰਜ ਹੀ ਚੱਲਦੇ ਰਹੇ। ਤਾਂ ਦੇਖੋ ਕਿਵੇਂ ਇਹ ਚੋਰ ਫੜੇ ਜਾਣ ਤੋਂ ਬਾਅਦ ਡਰਾਮੇ ਕਰ ਰਹੇ ਨੇ। ਆ ਇਹਨਾਂ ਦੇ ਡਰਾਮੇ ਦੇਖ ਲਵੋ ਕਿਵੇਂ ਲੋਕਾਂ ਨੇ ਰੰਗੇ ਹੱਥੀ ਕਾਬੂ ਕਰ ਲਿਆ ਤੇ ਬੇਹੋਸ਼ ਹੋਣ ਦਾ ਨਾਟਕ ਕਰੀ ਜਾਂਦਾ ਏ। ਇਹ ਦੋ ਚੋਰ ਲੋਕਾਂ ਦੇ ਵੱਲੋਂ ਫੜੇ ਗਏ, ਸਰੀਆ ਚੋਰੀ ਕਰਦੇ ਸੀ, ਲੋਕਾਂ ਨੇ ਚੰਗੀ ਤਰ੍ਹਾਂ ਕੁੱਟਮਾਰ ਕੀਤੀ, ਹੱਥ ਬੰਨ੍ਹ ਦਿੱਤੇ, ਬਾਅਦ ਦੇ ਵਿੱਚ ਪੁਲਿਸ ਨੂੰ ਸੱਦਿਆ। ਪਰ ਜਦ ਤੱਕ ਪੁਲਿਸ ਨਹੀਂ ਆਈ ਉਦੋਂ ਤੱਕ ਇਹਨਾਂ ਚੋਰਾਂ ਦੇ ਡਰਾਮੇ ਦੇਖੋ ਕਿਵੇਂ ਜ਼ਮੀਨ ਤੇ ਲੇਟ ਰਹੇ ਨੇ, ਉੱਠ ਰਹੇ ਨੇ, ਬੈਠ ਰਹੇ ਨੇ ਕਿ ਜਿਵੇਂ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਹੋਵੇ। ਚੋਰੀ ਕਰਦੇ ਸਮੇਂ ਤਾਂ ਬੜੀ ਫੁਰਤੀ ਦੇ ਨਾਲ ਭੱਜ ਰਹੇ ਸੀ, ਪਰ ਲੋਕ ਇਹਨਾਂ ਤੋਂ ਵੀ ਫੁਰਤੀਲੇ ਨਿਕਲੇ। ਲੋਕਾਂ ਨੇ ਝੁੰਡ ਬਣਾ ਕੇ ਇਹਨਾਂ ਨੂੰ ਕਾਬੂ ਕਰ ਲਿਆ ਤੇ ਚੰਗੀ ਤਰ੍ਹਾਂ ਇਹਨਾਂ ਦੀ ਕੁੱਟਮਾਰ ਕੀਤੀ। ਜਦ ਇਹਨਾਂ ਦੀ ਕੁੱਟਮਾਰ ਹੋ ਰਹੀ ਸੀ ਤਾਂ ਦੇਖੋ ਕਿਵੇਂ ਕੁੱਟਮਾਰ ਤੋਂ ਸਜ਼ਾ ਤੋਂ ਬਚਣ ਦੇ ਲਈ ਡਰਾਮੇ ਕਰਨ ਲੱਗੇ। ਹੇਠਾਂ ਲੇਟ ਗਿਆ, ਇੱਕ ਤਾਂ ਅੱਖਾਂ ਬੰਦ ਕਰ ਲਈਆਂ ਕਿ ਜਿਵੇਂ ਬੇਹੋਸ਼ ਹੋ ਗਿਆ ਹੋਵੇ, ਤੇ ਨਾਲ ਦੀ ਨਾਲ ਜਿਵੇਂ ਪੁਲਿਸ ਆਉਂਦੀ ਹੈ ਤਾਂ ਦੇਖੋ ਕਿਵੇਂ ਝੱਟ ਦਾਣੀ ਇਸ ਨੂੰ ਹੋਸ਼ ਆ ਜਾਂਦਾ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੁਰਦਾਸਪੁਰ ਦੇ ਮੇਹਰ ਚੰਦ ਰੋਡ ਦੀਆਂ, ਜਿੱਥੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ। ਸਰੀਆ ਚੋਰੀ ਕਰ ਰਹੇ ਸੀ, ਲੋਕਾਂ ਨੇ ਰੰਗੇ ਹੱਥੀ ਕਾਬੂ ਕਰ ਲਿਆ, ਜਿਸ ਤੋਂ ਬਾਅਦ ਇਹਨਾਂ ਦੀ ਕੁੱਟਮਾਰ ਕੀਤੀ ਗਈ ਅਤੇ ਬਾਅਦ ਦੇ ਵਿੱਚ ਪੁਲਿਸ ਨੂੰ ਵੀ ਸੱਦ ਲਿਆ ਗਿਆ। ਪੁਲਿਸ ਕੰਪਲੇਂਟ ਦਰਜ ਕਰਾਉਣ ਤੋਂ ਬਾਅਦ ਅੱਧੇ ਘੰਟੇ ਬਾਅਦ ਆਈ, ਉਦੋਂ ਤੱਕ ਇਹਨਾਂ ਚੋਰਾਂ ਦੇ ਡਰਾਮੇ ਇੰਜ ਹੀ ਚੱਲਦੇ ਰਹੇ। ਤਾਂ ਦੇਖੋ ਕਿਵੇਂ ਇਹ ਚੋਰ ਫੜੇ ਜਾਣ ਤੋਂ ਬਾਅਦ ਡਰਾਮੇ ਕਰ ਰਹੇ ਨੇ। ਆ ਇਹਨਾਂ ਦੇ ਡਰਾਮੇ ਦੇਖ ਲਵੋ ਕਿਵੇਂ ਲੋਕਾਂ ਨੇ ਰੰਗੇ ਹੱਥੀ ਕਾਬੂ ਕਰ ਲਿਆ ਤੇ ਬੇਹੋਸ਼ ਹੋਣ ਦਾ ਨਾਟਕ ਕਰੀ ਜਾਂਦਾ ਏ। ਇਹ ਦੋ ਚੋਰ ਲੋਕਾਂ ਦੇ ਵੱਲੋਂ ਫੜੇ ਗਏ, ਸਰੀਆ ਚੋਰੀ ਕਰਦੇ ਸੀ, ਲੋਕਾਂ ਨੇ ਚੰਗੀ ਤਰ੍ਹਾਂ ਕੁੱਟਮਾਰ ਕੀਤੀ, ਹੱਥ ਬੰਨ੍ਹ ਦਿੱਤੇ, ਬਾਅਦ ਦੇ ਵਿੱਚ ਪੁਲਿਸ ਨੂੰ ਸੱਦਿਆ। ਪਰ ਜਦ ਤੱਕ ਪੁਲਿਸ ਨਹੀਂ ਆਈ ਉਦੋਂ ਤੱਕ ਇਹਨਾਂ ਚੋਰਾਂ ਦੇ ਡਰਾਮੇ ਦੇਖੋ ਕਿਵੇਂ ਜ਼ਮੀਨ ਤੇ ਲੇਟ ਰਹੇ ਨੇ, ਉੱਠ ਰਹੇ ਨੇ, ਬੈਠ ਰਹੇ ਨੇ ਕਿ ਜਿਵੇਂ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਹੋਵੇ। ਚੋਰੀ ਕਰਦੇ ਸਮੇਂ ਤਾਂ ਬੜੀ ਫੁਰਤੀ ਦੇ ਨਾਲ ਭੱਜ ਰਹੇ ਸੀ, ਪਰ ਲੋਕ ਇਹਨਾਂ ਤੋਂ ਵੀ ਫੁਰਤੀਲੇ ਨਿਕਲੇ। ਲੋਕਾਂ ਨੇ ਝੁੰਡ ਬਣਾ ਕੇ ਇਹਨਾਂ ਨੂੰ ਕਾਬੂ ਕਰ ਲਿਆ ਤੇ ਚੰਗੀ ਤਰ੍ਹਾਂ ਇਹਨਾਂ ਦੀ ਕੁੱਟਮਾਰ ਕੀਤੀ। ਜਦ ਇਹਨਾਂ ਦੀ ਕੁੱਟਮਾਰ ਹੋ ਰਹੀ ਸੀ ਤਾਂ ਦੇਖੋ ਕਿਵੇਂ ਕੁੱਟਮਾਰ ਤੋਂ ਸਜ਼ਾ ਤੋਂ ਬਚਣ ਦੇ ਲਈ ਡਰਾਮੇ ਕਰਨ ਲੱਗੇ। ਹੇਠਾਂ ਲੇਟ ਗਿਆ, ਇੱਕ ਤਾਂ ਅੱਖਾਂ ਬੰਦ ਕਰ ਲਈਆਂ ਕਿ ਜਿਵੇਂ ਬੇਹੋਸ਼ ਹੋ ਗਿਆ ਹੋਵੇ, ਤੇ ਨਾਲ ਦੀ ਨਾਲ ਜਿਵੇਂ ਪੁਲਿਸ ਆਉਂਦੀ ਹੈ ਤਾਂ ਦੇਖੋ ਕਿਵੇਂ ਝੱਟ ਦਾਣੀ ਇਸ ਨੂੰ ਹੋਸ਼ ਆ ਜਾਂਦਾ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੁਰਦਾਸਪੁਰ ਦੇ ਮੇਹਰ ਚੰਦ ਰੋਡ ਦੀਆਂ, ਜਿੱਥੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ। ਸਰੀਆ ਚੋਰੀ ਕਰ ਰਹੇ ਸੀ, ਲੋਕਾਂ ਨੇ ਰੰਗੇ ਹੱਥੀ ਕਾਬੂ ਕਰ ਲਿਆ, ਜਿਸ ਤੋਂ ਬਾਅਦ ਇਹਨਾਂ ਦੀ ਕੁੱਟਮਾਰ ਕੀਤੀ ਗਈ ਅਤੇ ਬਾਅਦ ਦੇ ਵਿੱਚ ਪੁਲਿਸ ਨੂੰ ਵੀ ਸੱਦ ਲਿਆ ਗਿਆ। ਪੁਲਿਸ ਕੰਪਲੇਂਟ ਦਰਜ ਕਰਾਉਣ ਤੋਂ ਬਾਅਦ ਅੱਧੇ ਘੰਟੇ ਬਾਅਦ ਆਈ, ਉਦੋਂ ਤੱਕ ਇਹਨਾਂ ਚੋਰਾਂ ਦੇ ਡਰਾਮੇ ਇੰਜ ਹੀ ਚੱਲਦੇ ਰਹੇ। ਤਾਂ ਦੇਖੋ ਕਿਵੇਂ ਇਹ ਚੋਰ ਫੜੇ ਜਾਣ ਤੋਂ ਬਾਅਦ ਡਰਾਮੇ ਕਰ ਰਹੇ ਨੇ।